ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮੈਰੀਲੈਂਡ ਸਮਾਗਮ ਹੋਇਆ ਮੈਂ ਉਹਦੇ ਵਿੱਚ ਹਾਜ਼ਰ ਸੀ ਜੀ। ਔਰ ਇੱਕ ਗੱਲ ਕਹਾਂਗਾ ਕਿ ਮੈਟਰੋਪੋਲੀਟਨ ਦੇ ਪੜ੍ਹੇ ਲਿਖੇ ਆਦਮੀ ਜਿਹੜੇ ਹੈ ਉਹ ਸਮਾਗਮ ਵਿੱਚ ਆਏ ਸੀ ਔਰ ਉਹਨਾਂ ਨੇ ਜਿਹੜੇ ਸਵਾਲ ਪੁੱਛੇ ਹੈ ਜੀ ਬੜੇ ਅੱਛੇ ਪੁੱਛੇ ਆ ਔਰ ਉਹਨਾਂ ਦਾ ਜਿਹੜਾ ਜਵਾਬ ਦਿੱਤਾ ਮੈਂ ਦੱਸਦਾ ਕਿ ਤਿੰਨ ਸਵਾਲ ਜਿਹੜੇ ਆ ਉਹਨਾਂ ਨੇ ਮੇਜਰ ਪੁੱਛੇ। ਇੱਕ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਵਿਅਕਤੀਆਂ ਨੇ ਅਸੈਲਮ ਇੱਥੇ ਲਈ ਹੋਈ ਹੈ ਉਹਨਾਂ ਨੂੰ ਪਾਸਪੋਰਟ ਨਹੀਂ ਮਿਲਦੇ ਜੀ। ਉਹਦੇ 'ਤੇ ਇਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਅਸੈਲਮ ਨੂੰ ਇਕਨੋਮਿਕ ਅਸੈਲਮ ਡਿਕਲੇਅਰ ਕਰਵਾ ਕੇ ਅਤੇ ਪਾਸਪੋਰਟ ਜਿਹੜੇ ਆ ਉਹ ਦਵਾਵਾਂਗੇ। ਔਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਜੀ ਨੇ ਸਟੇਜ ਤੋਂ ਕਿਹਾ ਕਿ ਮੈਂ ਪਾਰਲੀਮੈਂਟ 'ਚ ਸਵਾਲ ਉਠਾਵਾਂਗਾ। ਓਕੇ, ਦੂਸਰਾ ਮਸਲਾ ਜਿਹੜਾ ਹੈ ਕਿ ਜੀ ਕੇ ਸਿੰਘ ਜੀ ਪਿਛਲੀ ਵਾਰ ਆਏ ਸੀ ਉਹ ਇੱਕ ਵਾਅਦਾ ਕਰਕੇ ਗਏ ਸੀ ਸਟੇਜ ਤੋਂ ਕਿ ਕਰਤਾਰਪੁਰ ਮਾਰਗ ਦਾ ਜਿਹੜਾ ਏਜੰਡਾ ਹੈ ਉਹ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਸ ਕਰਵਾ ਕੇ ਤੁਹਾਨੂੰ ਦਿਆਂਗਾ, ਜਿਹੜਾ ਕਿ ਆਲਰੇਡੀ ਵਿਧਾਨ ਸਭਾ 'ਚ ਅਤੇ ਐਸ ਜੀ ਪੀ ਸੀ ਅੰਮ੍ਰਿਤ ਸਾਹਿਬ ਨੇ ਪਾਸ ਕੀਤਾ ਜੀ। ਉਹ ਪਾਸ ਕਰਵਾ ਕੇ ਅਤੇ ਸਾਨੂੰ ਉਹਦੀ ਕਾਪੀ ਦੇ ਕੇ ਗਏ ਹੈ। ਕੀਤਾ ਇਹ ਕਿ ਪੰਜਾਬ ਨੂੰ ਸਿਸਟਰ ਸਟੇਟ ਮੈਰੀਲੈਂਡ ਨਾਲ ਬਣਾਇਆ ਜਾਵੇ। ਇਹ ਮਸਲਾ ਅਸੀਂ ਉਪ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਜੀ ਨੂੰ 8 ਸਾਲ ਪਹਿਲੇ ਧਿਆਨ 'ਚ ਲਿਆਂਦਾ ਸੀ, ਉਹਨਾਂ ਨੇ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ। ਅਸੀਂ ਫਿਰ ਰੇਜ਼ ਕੀਤਾ ਹੈ ਕਿ ਜੇ ਇਹ ਮਸਲਾ ਜਾਂ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ ਤੁਸੀਂ ਐਜ਼ ਟ੍ਰੀਟੀ ਸਾਈਨ ਕਰਕੇ ਪੰਜਾਬ ਦੀ ਬਿਹਤਰੀ ਲਈ ਨਾ ਕਦਮ ਉਠਾਇਆ ਅਤੇ ਅਸੀਂ ਅਗਲੀ ਵਾਰ ਤੁਹਾਨੂੰ ਇੱਥੇ ਨਹੀਂ ਆਉਣ ਦਿਆਂਗੇ। ਚੌਥਾ ਮਸਲਾ ਜਿਹੜਾ ਸਰ ਉਹ ਅਸੀਂ ਇਹ ਕਿਹਾ ਕਿ ਬਾਪੂ ਸੂਰ ਸਿੰਘ ਜੀ ਇੰਨੇ ਚਿਰ ਦੇ ਬੈਠੇ ਹੋਏ ਆ ਹੜਤਾਲ 'ਤੇ ਜੀ, ਔਰ ਉਹਨਾਂ ਦਾ ਅਕਾਲੀ ਦਲ ਦਾ ਕੋਈ ਬੰਦਾ ਪਤਾ ਲੈਣ ਨਹੀਂ ਗਿਆ। ਮੈਂ ਇਹ ਉਹਨਾਂ ਨੂੰ ਕਿਹਾ ਕਿ ਇਹ ਹੜਤਾਲ ਖਤਮ ਨਹੀਂ ਹੋਣੀ, ਇਹ ਇੱਕ ਮੁਹਿੰਮ ਬਣ ਜਾਣੀ ਹੈ। ਉਹਨਾਂ ਤੋਂ ਬਾਅਦ ਕੁਝ ਹੋਰ ਵਿਅਕਤੀ ਜਿਹੜੇ ਹੈ ਉਹ ਬੈਠਣਗੇ ਔਰ ਜੇ ਉਹਨਾਂ ਨੂੰ ਚੱਕਿਆ ਤਾਂ ਉਹ ਸਾਈਨਾਈਡ ਖਾ ਕੇ ਮਰ ਜਾਣਗੇ। ਇਸ ਨੂੰ ਨਿਪਟਾਓ, ਨਹੀਂ ਤਾਂ ਅਕਾਲੀ ਸਰਕਾਰ ਜਿਹੜੀ ਹੈ ਉਹ ਖਤਮ ਹੋ ਜਾਏਗੀ ਜੀ। ਨਹੀਂ, ਬਹੁਤ ਚੰਗੀ ਗੱਲ ਹੈ ਜੀ, ਬੜੇ ਚਾਰੇ ਬੜੇ ਅਹਿਮ ਮਸਲੇ ਜਿਹੜੇ ਉੱਥੇ ਚੁੱਕੇ ਗਏ ਆ ਔਰ ਮੈਨੂੰ ਬੜੀ ਖੁਸ਼ੀ ਆ ਕਿ ਉਹਨਾਂ ਨੇ ਕੁਝ ਨਾ ਕੁਝ ਆਪਣੇ ਵੱਲੋਂ ਜਵਾਬ ਜ਼ਰੂਰ ਦਿੱਤਾ। ਅਸਾਈਲਮ ਦੇ ਬਾਰੇ ਵੀ ਉਹਨਾਂ ਕਿਹਾ ਕਿ ਮਸਲਾ ਚੁੱਕਣਗੇ, ਲੇਕਿਨ ਸਿਰਫ ਮਸਲਾ ਚੁੱਕਣ ਨਾਲ ਨਹੀਂ ਗੱਲ ਬਣਨੀ, ਇਹਨੂੰ ਬੜੀ ਤਕੜੀ ਤਰੀਕੇ ਨਾਲ ਇਹ ਮਸਲਾ ਜਿਹੜਾ ਵਾ ਇਹ ਪਰਸਿਊ ਕਰਨਾ ਪੈਣਾ ਵਾ।